चौक ते लुटिया गया लखां च कैश। बंदूक समेत होर हथियार दिखा के लुटी मनी चेंजर दी दुकान। घटना हुई सीसीटीवी च कैद, पुलिस कर रही है जांच इस मामले दी। इस टाइम दी वड्डी खबर सामने आ रही है फगवाड़ा दे नेड़ले पिंड रियाणा जट्टा तो, जिथे दिन दहाड़े मनी चेंजर दी दुकान ते गाहक बन के आए लुटेरियां ने शातिर दिमाग दिखांदे होए लखां च कैश लुटिया। लुटेरियां वल्लों हथियार दिखा के दुकान दे मालक नूं लुटिया गया। क्या जांदा है कि बंदा घरों बाहर सुरक्षित नहीं है, लेकिन हुण अजिहे मामले देखण नूं मिलदे ने कि बंदा अपने घर अपनी दुकान विच वी सुरक्षा नहीं हैगा। इस लुटखोह दौरान 2 लाख तों वध कैश लुटिया गया। आसपास दे दुकानदारां वल्लों दस्सिया गया कि बंदूक दिखा के इस सारी वारदात नूं अंजाम दित्ता गया। नाल ही नाल ਇਹ ਵੀ ਦੱਸਿਆ ਗਿਆ ਕਿ ਉਹਨਾਂ ਕੋਲ ਹੋਰ ਵੀ ਵੱਡੇ ਵੱਡੇ ਹਥਿਆਰ ਸੀ। ਦੁਕਾਨ ਦੇ ਮਾਲਕ ਨਾਲ ਹੱਥੋਂ ਪਾਈ ਵੀ ਹੋਏ, ਲੇਕਿਨ ਜ਼ਿਆਦਾ ਹਥਿਆਰ ਹੋਣ ਕਾਰਨ ਦੁਕਾਨ ਦਾ ਮਾਲਕ ਕੁਝ ਜ਼ਿਆਦਾ ਕੁਝ ਨਹੀਂ ਕਰ ਸਕਿਆ। ਦੱਸਿਆ ਜਾ ਰਿਹਾ ਹੈ 3 ਲੁਟੇਰਿਆਂ ਵੱਲੋਂ ਇਹ ਲੁੱਟ ਖੋਹ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਣਾ ਇੱਕ ਬੰਦਾ ਆਇਆ, ਪਹਿਲਾਂ ਕਹਿੰਦਾ ਬੈਂਕ 'ਚ ਪੈਸੇ ਟ੍ਰਾਂਸਫਰ ਕਰ ਦੂੰਗੇ, ਮੈਂ ਕਿਹਾ ਜੀ ਹੋ ਜਾਣਗੇ। ਕਹਿੰਦਾ ਚਲੋ ਠੀਕ ਆ, ਬਾਹਰ ਗਿਆ, ਬਾਹਰੋਂ 3 ਬੰਦੇ ਇਕੱਠੇ ਆ ਗਏ, ਆਉਂਦੇ ਨੇ ਮੇਰੇ ਰਿਵਾਲਵਰ ਇੱਥੇ ਰੱਖੀ, ਕਹਿੰਦੇ ਕੱਢ ਦੇ ਜੋ ਕੁਛ ਹੈਗਾ। ਅਤੇ ਮੈਂ ਕਿਹਾ ਭਾਅ ਜੀ ਹੈ ਨਹੀਂ ਮੇਰੇ ਕੋਲ, ਕੁਛ ਵੀ ਨਹੀਂ ਹੈਗਾ। ਕਹਿੰਦਾ ਕੱਢ ਜੋ ਮਰਜ਼ੀ, ਇੱਦਾਂ ਮੇਰੇ ਗਰਦੇ ਨੂੰ ਹੱਥ ਪਾਇਆ। ਮੈਂ ਕਹਾ ਲਓ 50,000 ਰੁਪਈਆ ਇੱਦਾਂ ਮੈਂ ਰੱਖੇ ਮੋਹਰੇ, ਮੈਂ ਕਿਹਾ ਬਾਕੀ ਰਹਿਣ ਦਿਓ, ਮੈਂ ਗਰੀਬ ਬੰਦਾ ਵਾਂ, ਜਾਣ ਦਿਓ, ਮੈਂ ਤਾਂ ਪਹਿਲਾਂ ਹੀ ਕਰਜ਼ਾ ਚੁੱਕਿਆ ਹੋਇਆ ਵਾ। ਬਾ ਮੈਨੂੰ ਹੱਥੋਂ ਮਾਰੀ ਪਾਈ ਹੋਏ, ਮੇਰੇ ਇੱਥੇ ਮਾਰੀ ਰਿਵਾਲਵਰ, ਉਹਨੇ ਇੱਧਰ ਚਲਾਈ ਆ, ਪਤਾ ਨਹੀਂ ਚੱਲੀ ਨਹੀਂ, ਮੈਂ ਉਹਦੇ ਇੱਧਰ ਹੱਥੋਂ ਖੋਲ੍ਹੀ ਅਤੇ ਉਹ ਦਾਤ ਸੀਗੀ ਉਹਦੇ, ਉਹਨੇ ਮੇਰੇ ਇੱਥੇ ਦਾਤ ਪੁੱਠੀ ਕਰਕੇ ਮਾਰੀ, ਮੈਂ ਦਾਤ ਵੀ ਖੋਲ੍ਹੀ, ਦਾਤ ਇੱਥੇ ਹੀ ਛੱਡ ਗਏ ਅਤੇ ਜਾਂਦੇ ਜਾਂਦੇ ਮੇਰਾ ਲੈਪਟੋਪ ਵੀ ਚੱਕ ਕੇ ਲੈ ਗਏ। ਕਿੰਨੇ ਵਿਅਕਤੀ ਸੀ? 3 ਜਣੇ। ਕੱਤੇ ਆਏ ਸੀਗੇ? ਸਵਿਫਟ ਗੱਡੀ ਸੀ, ਬਾਹਰ ਖੜੀ ਸੀ। ਕਿਹੜੇ ਰੰਗ ਦੀ ਗੱਡੀ ਸੀ? ਵਾਈਟ ਕਲਰ ਦੀ। ਕੋਈ ਨਾਮ ਨੰਬਰ ਪਲੇਟ ਵਗੈਰਾ? ਕਾਲੀਆਂ ਕੀਤੀਆਂ ਸੀ। ਕੋਈ ਸੀਸੀਟੀਵੀ ਕੈਮਰੇ ਆਏ ਹੋਣ ਬੰਦੇ? ਉਹ ਸਾਹਮਣੇ ਲੱਗੇ ਆ ਕੈਮਰੇ, ਉਹਨਾਂ 'ਚ ਆਏ ਹੋਣੇ ਆ। ਇਸ ਘਟਨਾ ਦੀ ਪੁਲਿਸ ਸੂਚਨਾ ਦਿੱਤੀ? ਦਿੱਤੀ ਆ, 2:15 ਵਜੇ ਦਾ ਫੋਨ ਕੀਤਾ, ਕੋਈ ਪੁਲਿਸ ਵਾਲਾ ਨਹੀਂ ਆਇਆ, ਹੁਣ 3 ਵਜੇ ਪੁਲਿਸ ਆਈ। ਅਤੇ ਕਿੰਨੇ ਕੁ ਪੈਸੇ ਦਾ ਲੋਸ ਕਰ ਗਏ? 3 ਲੱਖ ਰੁਪਈਆ ਸੀ, ਨਾਲ ਲੈਪਟੋਪ ਸੀ। ਲੁੱਟਾਂ ਖੋਹਾਂ ਵੱਧ ਰਹੀਆਂ ਜੀ, ਕੋਈ ਪ੍ਰੋਟੈਕਸ਼ਨ ਨਹੀਂ ਗੀ ਬਾਜ਼ਾਰ ਦੇ ਵਿੱਚ, ਸ਼ਰੇਆਮ ਲੁੱਟ ਖੋ ਹੀ ਆ। ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਸਰ? 2 ਵਜੇ ਦਾ ਫੋਨ ਕੀਤਾ ਹੋਇਆ ਸਰ ASI ਸਾਹਿਬ ਨੂੰ, ਥਾਣੇ ਦੇ ਮੁਨਸ਼ੀ ਸਾਹਿਬ ਨੂੰ, ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ। ਅਤੇ ਸੈਣੀ ਸਾਹਿਬ ਨੇ ਫੋਨ ਕੀਤਾ ਅਤੇ SHO ਸਾਹਿਬ ਫਿਰ ਆਏ। ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਉੱਪਰ ਵਾਰਦਾਤ ਕੀਤੀ, ਇਲਜ਼ਾਮ ਦਿੱਤਾ ਵਾ, ਉਹ ਮੂੰਹ ਲਵੇਟੇ ਆਏ ਸੀਗੇ ਜਾਂ ਕਾਹਦੇ 'ਤੇ ਆਏ? ਮੋਟਰਸਾਈਕਲ 'ਤੇ ਆਏ? ਕਿਸੇ ਨੂੰ ਨਹੀਂ ਅਸੀਂ ਦੇਖਿਆ, ਸਾਨੂੰ ਬਾਹਰ ਅੱਡੇ 'ਚ ਰੌਲਾ ਪਿਆ ਤਾਂ ਫਿਰ ਨਿਕਲੇ ਅਸੀਂ। ਫਿਰ ਅਸੀਂ ਕਿੰਨੇ ਵਜੇ ਹੋਈ ਆ? ਮੇਨ ਅੱਡਾ ਇਹ ਆਪਣੇ ਜੱਜ ਜੀ ਦੱਸ ਰਹੇ 2 ਵਜੇ ਪੂਰੇ ਹੋਈ ਆ ਵਾਰਦਾਤ। ਕੋਈ ਹੱਥੋਂ ਪਾਈ ਵਗੈਰਾ ਹੋਈ? ਹੱਥੋਂ ਪਾਈ ਹੋਈ ਆ, ਰਿਵੋਲਵਰ ਦਿਖਾਈ ਗਈ ਆ, ਕੋਈ ਦਾਤ ਦੂਤ ਨਹੀਂ ਮਾਰਿਆ, ਦਾਤ ਵੀ ਨਿਕਲੇ ਆ, ਦਾਤ ਦਿਖਾਏ ਆ। ਦਿਨ ਦਿਹਾੜੇ 2 ਵਜੇ ਵਾਰਦਾਤ ਹੋਈ ਆ ਅਤੇ ਬੰਦੇ ਨੂੰ ਰਿਵੋਲਵਰ ਉਹਦੇ ਰੱਖਿਆ ਅਤੇ ਦਾਤ ਉਹਨਾਂ ਦੇ ਕੋਲ ਸੀਗਾ ਅਤੇ ਅੰਦਰ ਧੱਕਮ ਧੱਕਾ ਬਹੁਤ ਜ਼ਿਆਦਾ ਹੋਇਆ ਅਤੇ ਸ਼ੀਸ਼ਾ ਇਹਨਾਂ ਦਾ ਬੰਦ ਸੀਗਾ ਅਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕਾਲ ਕੀਤੀ ਗਈ ਆ ਅਤੇ ਹੁਣ ਪੁਲਿਸ ਵਾਲੇ ਆਏ ਆ, ਦੇਖਦੇ ਆ ਕੀ ਕਰ। ਕਿੰਨੇ ਵਿਅਕਤੀ ਆਏ ਸੀਗੇ ਸਰ? 3 ਵਿਅਕਤੀ ਸੀ ਜੀ। ਕੱਤੇ ਆਏ ਸੀਗੇ ਸਰ? ਸਵਿਫਟ ਡਿਜ਼ਾਇਰ ਸੀਗੀ। ਹਾਂਜੀ, ਸਵਿਫਟ ਡਿਜ਼ਾਇਰ ਸੀ ਜੀ। ਅਤੇ ਮੂੰਹ ਲਪੇਟੇ ਹੋਏ ਸੀ ਜਾਂ ਕਿੱਦਾਂ? ਹਾਂਜੀ, ਮੂੰਹ ਲਪੇਟੇ ਸੀ, ਬੰਦ ਸੀਗੇ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਹੈ। ਦੁਕਾਨ ਤੇ ਆ ਕੇ ਉਹਨਾਂ ਨੇ ਸਾਰੀ ਤਫਤੀਸ਼ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਹੋਈ ਕਾਰਵਾਈ ਕੀਤੀ ਜਾਏਗੀ। ਇੱਥੇ GK ਇੰਟਰਨੈਸ਼ਨਲ ਬੈਸਟਰ ਯੂਨੀਅਨ ਮਨੀ ਟ੍ਰਾਂਸਫਰ ਹੈ, ਯਸ਼ਪਾਲ ਸੂਦ ਇਹਨੂੰ ਆਪਣਾ ਰਨ ਕਰਦੇ ਨੇ, 10 ਸਾਲਾਂ ਤੋਂ ਉਹਨਾਂ ਦੀ ਸ਼ੋਪ ਹੈ ਇੱਥੇ। ਅਤੇ 2-2.5 ਲੱਖ ਰੁਪਈਆ ਅੱਜ ਘਰੋਂ ਲੈ ਕੇ ਆਏ ਸੀਗੇ। 3 ਅਣਪਛਾਤੇ ਨੌਜਵਾਨ ਜਿਹੜੇ ਸਰਦਾਰ ਸੀ, ਪਗੜੀ ਬੰਨ੍ਹੀ ਹੋਈ ਸੀ, ਮੂੰਹ ਬੰਨ੍ਹੇ ਹੋਏ ਸੀ, ਇੱਕ ਸਵਿਫਟ ਕਾਰ ਚਿੱਟੇ ਰੰਗ ਦੀ ਚਾਏ, ਅਤੇ ਡਰਾਈਵਰ ਆਪਣਾ ਡਰਾਈਵਰ ਸੀਟ 'ਤੇ ਬੈਠਾ ਰਿਹਾ, ਉਹਨਾਂ ਕੋਲ 2 ਪਿਸਟਲ ਸੀਗੇ, 1 ਦਾਤ ਸੀ, ਉਹਦੀ ਨੋਕ 'ਤੇ ਉਤੋਂ ਆਪਣਾ ਜ਼ਬਰਦਸਤੀ 2.25 ਲੱਖ ਦੇ ਕਰੀਬ ਰੁਪਈਆ ਖੋਹ ਕੇ ਲੈ ਗਏ ਧੱਕੇ ਨਾਲ ਪਿਸਟਲ ਪੁਆਇੰਟ 'ਤੇ। ਸਰ ਕੋਈ CCTV ਕੈਮਰੇ 'ਚ ਆਈ ਹੋਵੇ ਫੋਟੋ ਵਗੈਰਾ? CCTV ਕੈਮਰੇ ਚੈੱਕ ਕਰਦੇ ਪਏ ਹਾਂ, ਅਤੇ 1-2 ਵੇਖੇ ਵੀ ਨੇ, ਅਤੇ ਜਲਦੀ ਇਹਨੂੰ ਅਸੀਂ ਕਾਬੂ ਕਰ ਲਾਂਗੇ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲ੍ਹਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।